ਵੇਖ ਤੇ ਓਏ 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 ਇਹਨਾਂ ਦਾ ਤੂੰ ਮੁਕਾਬਲਾ ਕਰ ਸਕਣਾ ਵਾ ਤੇ ਸਿੰਘ ਵੇਖੇ ਨੇ ਰਾਜਾ ਤੂੰ ਉਹਨਾਂ ਨੂੰ ਫੜ ਲਿਆ ਤੇ ਬੜਾ ਹੀ ਮਾਰਦਾ ਤੈਨੂੰ ਇਧਰ ਹੋ ਨਾ ਸ਼ਾਬਾਸ਼ ਅੱਛਾ ਦੁਪਹਿਰ ਨੂੰ ਨਾ ਇੰਨੀ ਜ਼ਿਆਦਾ ਐਸ ਜਗ੍ਹਾ ਤੇ ਧੁੱਪ ਹੋ ਜਾਂਦੀ ਹੈ ਨਾ ਇਸ ਵਾਸਤੇ ਇਹਨਾਂ ਨੂੰ ਛਾਂ ਤੇ ਬੰਨਿਆ ਸੀ ਹੁਣ ਇਹਨਾਂ ਨੂੰ ਵਾਪਸ ਇੱਥੇ ਬੰਨ ਕਰਾ ਇਹ ਲੋਕਾਂ ਦੀਆਂ ਬੱਕਰੀਆਂ ਜਿਹੜੀਆਂ ਨਾ ਨਿੱਕੀਆਂ ਨਿੱਕੀਆਂ ਚਲੋ ਬੀਬੀ ਕਰ ਚਲੋ 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 ਇਹ ਸਬਜ਼ੀ ਵਗੈਰਾ ਖਾ ਜਾਂਦੀਆਂ ਚਲ ਚਲ ਦਰਵਾਜ਼ਾ ਵੀ ਬੰਦ ਕਰਤਾ ਕਿਸੇ ਨੇ हाँ इन चुकला इन चुक के ना उन्होंने अगे रख दे मेरे को तो चुकी नहीं जानी पट्ठे पा देनी वेख उन्होंने पता लग गया वेख के ना खुड़ली उन्होंने पता लग गया कि उन्होंने साढ़े के पट्ठे आने लगे ने राजा का मूँह भी पहुँच रहा है चल शाबाश ठीक है कुरबानी विच भी थोड़े जे दिन रह गए ने यह भी करम वाले हुण साढ़े घर मेहमान ने ते मेरा हुणे ही दिल उदास हुंदा पिया कि इन्हां ने चले जाना है अल्लाह दे राह च चलो राजा दे अगे थोड़े कर चलो शाबाश सिखा लो उन्हां नूं मैनूं हाथ धोवां लगी हूँ इमली तो आलू बुखारे का शरबत एस ना सुबह भिगो के रखा से अम्मी ने डोली के बच्चे तो इस टाइम असं इन बना के इन्हें मैं पावगी बर्फ वगैरह तो फिर सारे मिल के पीएंगे यह बहुत ही अच्छा है गर्मी बहुत दूर करता है तो बहुत फायदा है माशाला साढ़ा ना इमली आलू बुखारे का शरबत बन के तैयार हो गया मैं तुम चेक करनी हाँ सारे रखवाने रही अबू जी ते जरी उरियां वास्ते मैं फ्रिज च रख दिता है ते इस टाइम घर मैं अम्मी ते असद हां ते असी क्या कर चलो असी ते बना के पीवीए ना ए लो अम्मी जी आसमान फ्रीजर च रखना मेरे फ्रीजर च रखया किन्ने रखया असद रख के है गर्मी हो ही इन्नी ज़्यादा जाती है ना कि गर्मी मैं कहनी कोई इस टाइम ठंडी चीज़ ना ना हो मतलब प्यास बहुत ज़्यादा लगती है तो कोई चीज़ बना ली जाए ना सरदाई वगैरह या इमली आलू बुखारा कोई भी चीज़ तो प्यास खत्म हो जाती है बिस्मिल्लाहिर्रहमानिर्रहीम किस तरह बने है? बड़ा मजेदार ऐसा चला है जरी नू लैन वास्ते ते ऐ बड़ा सियाना है पेट्रोल काट के ना बोतलों के विच लका देंदा है ताकि हाशम या असल जड़ा ना स्कूटर ना चलावे ते जिस टाइम इन्हें जाना होंदा है उस टाइम स्कूटर काट के ना विच तेल पाक लै जांदा है बड़ा ये मेरा भरा चला हाँ शाम बखैर की हाल चाल है उम्मीद करने हैं तुसी सारे खैर वाफियत हो गए अल्लाह पाक तुहानू सारयां नू खुश रखे सेहत तंदरुस्ती दे बाकी ये कि शाम हो गई है ऐसन नू खिला दिता है जरी नू लैन वास्ते ते असी खाना वगैरह बनाना स्टार्ट कर दिता है मैं अम्मी लोगों नू इमली आलू बुखारे दा शरबत बना के दिता क्योंकि गर्मी बहुत सी मैनू खुद प्यास लगन दी सी
ਤੇ ਬਾਕੀ ਇਹ ਕਿ ਕੱਲ ਸ਼ਾਇਦ ਮੈਂ ਜਾਵਾਂਗੀ ਬਾਜ਼ਾਰ ਕਿਉਂਕਿ ਮੈਂ ਹਜੇ ਤੱਕ ਗਰਮੀਆਂ ਦੇ ਕੱਪੜੇ ਨਹੀਂ ਲਏ ਹੈ। ਪਹਿਲੀ ਦਫਾ ਇੰਜ ਹੋਇਆ ਹੈ ਕਿ ਹਜੇ ਤੱਕ ਮੈਂ ਇੱਕ ਵੀ ਸੂਟ ਨਹੀਂ ਲਿਆ ਹੈ, ਨਹੀਂ ਤੇ ਹਰ ਸਾਲ ਗਰਮੀਆਂ ਹਜੇ ਸਟਾਰਟ ਵੀ ਨਹੀਂ ਹੁੰਦੀਆਂ ਕਿ ਮੇਰਾ ਕੱਪੜੇ ਲੈ ਵੀ ਆਨੀ ਆ, ਸਿਲਾਈ ਵੀ ਕਰਵਾ ਲੈਨੀ ਆ, ਤੇ ਇਸ ਦਫਾ ਮੈਂ ਹਜੇ ਤੱਕ ਇੱਕ ਸੂਟ ਨਹੀਂ ਲਿਆ। ਅਸਰ ਉਹ ਵੀ ਇਸ ਕਰਕੇ ਕਿ ਅਬੂ ਲੋਕਾਂ ਨੇ ਕਿਹਾ ਸੀ ਗੰਦਮ ਆ ਜਾਂਦੀ ਹੈ ਨਾ ਫਿਰ ਤੁਹਾਨੂੰ ਕੱਪੜਿਆਂ ਵਾਸਤੇ ਪੈਸੇ ਦਾਂਗੇ, ਤੇ ਗੰਦਮ ਆਈ ਤੇ ਗੰਦਮ ਦਾ ਰੇਟ ਇੰਨਾ ਕਮ ਆਇਆ ਕਿ ਮਤਲਬ ਕਿ ਹਜੇ ਤੱਕ ਅਸੀਂ ਗੰਦਮ ਸੇਲ ਨਹੀਂ ਕੀਤੀ ਹੈ। ਪਰ ਹੁਣ ਮੈਂ ਜ਼ਿੱਦ ਕਰਨ ਲੱਗ ਗਈ, ਮੈਂ ਕਿਹਾ ਮੈਨੂੰ ਨਹੀਂ ਪਤਾ ਮੈਨੂੰ ਕੱਪੜੇ ਲੈ ਕੇ ਦਿਓ, ਗਰਮੀਆਂ ਬਹੁਤ ਹੋ ਗਈਆਂ ਨੇ ਤੇ ਮੈਂ ਮਤਲਬ ਨਵੇਂ ਕੱਪੜੇ ਨਹੀਂ ਲਿਆ ਅੱਜ ਤੱਕ। ਤੇ ਫਿਰ ਅੱਬੂ ਜੀ ਨੇ ਕਿਹਾ ਅੱਛਾ ਸਾਰਾ ਠੀਕ ਹੈ ਤੂੰ ਜ਼ਿੱਦ ਨਾ ਕਰ ਤੇ ਤੈਨੂੰ ਕੱਪੜਿਆਂ ਵਾਸਤੇ ਪੈਸੇ ਮਿਲ ਜਾਣਗੇ। ਤੇ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਆ, ਕੱਲ੍ਹ ਮੈਨੂੰ ਨਾ ਮੈਂ ਪੈਸੇ ਵਗੈਰਾ ਮਤਲਬ ਮਿਲ ਜਾਣਗੇ, ਕੱਲ੍ਹ ਆਪਾਂ ਜਾਵਾਂਗੇ ਬਾਜ਼ਾਰ, ਮੈਂ ਕੱਪੜੇ ਲਵਾਂਗੀ ਨਾਲੇ ਤੁਹਾਨੂੰ ਦਿਖਾਵਾਂਗੀ ਕਿ ਮੈਂ ਇਹਨਾਂ ਗਰਮੀਆਂ 'ਚ ਕੱਪੜੇ ਕਿਸ ਤਰ੍ਹਾਂ ਦੇ ਲੈਣੇ। ਤੇ ਬਾਕੀ ਇਹ ਕਿ ਭਾਈਆਂ ਦੇ ਕੱਪੜੇ ਤਾਂ ਅੰਮੀ ਆਪੇ ਹੀ ਲੈ ਆਉਂਦੇ ਨੇ ਹਮੇਸ਼ਾ, ਅੱਬੂ ਜੀ ਅਤੇ ਭਾਈਆਂ ਉਹਨਾਂ ਦੇ ਕੱਪੜੇ ਅੰਮੀ ਲੈ ਆਉਂਦੇ ਹੁੰਦੇ ਨੇ, ਅਤੇ ਮੇਰੇ ਤਾਂ ਜ਼ਰੀਏ ਦੇ ਕੱਪੜੇ ਜਿਹੜੇ ਨੇ ਉਹ ਮੈਂ ਖੁਦ ਲੈ ਆਉਂਦੀ ਹੁੰਦੀ ਹਾਂ ਕਿਉਂਕਿ ਮੈਨੂੰ ਕਿਸੇ ਚੀਜ਼ ਪਸੰਦ ਨਹੀਂ ਆਉਂਦੀ ਹੈ। ਮੈਂ ਕੱਪੜੇ ਵਗੈਰਾ ਕਿਸੇ ਨੂੰ ਮੰਗਾਵਾਂ ਜਾਂ ਕੋਈ ਲੈ ਕੇ ਆ ਜਾਵੇ ਮੈਨੂੰ ਕਦੀ ਵੀ ਪਸੰਦ ਨਹੀਂ ਆਉਂਦੇ ਹੈ, ਜਿੰਨੀ ਦੇਰ ਤੱਕ ਮੈਂ ਖੁਦ ਚੀਜ਼ ਪਸੰਦ ਨਾ ਕਰਾਂ ਮੈਨੂੰ ਪਸੰਦ ਨਹੀਂ ਆਉਂਦੀ ਹੈ। ਇਸ ਵਾਸਤੇ ਮੈਂ ਖੁਦ ਹੀ ਲੈ ਕੇ ਆਉਂਦੀ ਹਾਂ ਕੱਪੜੇ ਵਗੈਰਾ ਨਾ, ਅਤੇ ਲੈਸਾਂ ਵਗੈਰਾ ਸਾਰਾ ਕੁਛ ਮੈਚ ਕਰਕੇ। ਅਤੇ ਬਾਕੀ ਇਹ ਕਿ ਗਰਮੀ ਬਹੁਤ ਹੀ ਜ਼ਿਆਦਾ ਹੈ ਅਤੇ ਮੈਨੂੰ ਅੱਜ ਹੀ ਸੋਚ ਸੋਚ ਕੇ ਦਿਲ ਨੂੰ ਕੁਛ ਹੁੰਦਾ ਹੈ ਕਿ ਕੱਲ੍ਹ ਇੰਨੀ ਗਰਮੀ ਦੇ ਵਿੱਚ ਮਤਲਬ ਮੈਂ ਸ਼ਹਿਰ ਜਾਣਾ ਹੈ ਅਤੇ ਮਤਲਬ ਇੰਨੀ ਤੇਜ਼ ਧੁੱਪ ਸਾਰਾ ਕੁਛ। ਬਾਕੀ ਖੈਰ ਕੋਈ ਗੱਲ ਨਹੀਂ, ਅੱਲਾ ਪਾਕ ਖੈਰ ਕਰੇਗਾ, ਅੱਲਾ ਕਰੇ ਕਰਮ ਕਰੇ ਅਤੇ ਕੀ ਪਤਾ ਬੱਦਲ ਆ ਜਾਣ, ਮੌਸਮ ਅੱਛਾ ਹੋ ਜਾਏ ਅਤੇ ਅੱਛੀ ਉਮੀਦ ਰੱਖਣੀ ਚਾਹੀਦੀ। ਅਤੇ ਮੈਂ ਤਾਂ ਇਹ ਸੋਚ ਰਹੀ ਹਾਂ ਕਿ ਕੀ ਪਤਾ ਬੱਦਲ ਬੁਦਲ ਆ ਹੀ ਜਾਣ ਅਤੇ ਮੌਸਮ ਅੱਛਾ ਹੋ ਜਾਏ। ਬਾਕੀ ਇਹ ਕਿ ਅੰਮੀ ਨੇ ਆਟਾ ਉਟਾ ਗੁੰਨ ਦਿੱਤਾ ਹੈ ਅਤੇ ਅਸਲ ਲੋਕ ਚਲੇ ਜਾਣਗੇ ਰੋਟੀਆਂ ਲਗਵਾਉਣ ਵਾਸਤੇ। ਅੱਗੇ ਅਸੀਂ ਤੰਦੂਰੀ ਘਰ ਦਾ ਆ ਲੈਂਦੇ ਸੀ ਪਰ ਐਂ ਵੇਖੋ ਜ਼ਰਾ ਸਾਡੇ ਘਰ ਹੁਣ ਲੱਕੜੀਆਂ ਹੀ ਨਹੀਂ ਆਇਆ, ਸਾਡੀਆਂ ਸਾਰੀਆਂ ਲੱਕੜੀਆਂ ਖਤਮ ਹੋ ਗਈਆਂ ਨੇ ਅਤੇ ਇਸ ਵਾਸਤੇ ਹੁਣ ਅਸੀਂ ਤੰਦੂਰ ਤੋਂ ਨਾ ਰੋਟੀਆਂ ਲਗਵਾ ਲਈ ਗੀਆਂ। ਅਤੇ ਕਦੀ ਮਤਲਬ ਕਿ ਬਹੁਤ ਹੋਏ ਅਤੇ ਸੁਬਹਾ ਟਾਈਮ ਅਸੀਂ ਘਰ ਤੰਦੂਰ ਵਗੈਰਾ ਤਾਂ ਕੇ ਰੋਟੀਆਂ ਲਾ ਲੈਂਦੇ ਹਾਂ। ਅਤੇ ਇੱਕ ਦਿਨ ਰਹਿ ਗਿਆ ਬਸ, ਫਿਰ ਮੈਨੂੰ ਛੁੱਟੀਆਂ ਵੀ ਹੋ ਜਾਣਗੀਆਂ ਸਕੂਲ ਤੋਂ ਅਤੇ ਮਤਲਬ ਫਿਰ ਸਕੂਨ, ਮਤਲਬ ਜਿਹੜਾ ਸੁਬਹ ਸੁਬਹ ਉੱਠ ਕੇ ਅਤੇ ਜਾਣਾ ਹੈ ਫਿਰ ਵਾਪਸ, ਧੁੱਪ ਇੰਨੀ 12-11 ਵਜੇ ਇੰਨੀ ਤੇਜ਼ ਧੁੱਪ ਹੁੰਦੀ ਨਾ ਜਿਸ ਟਾਈਮ ਮੈਂ ਸਕੂਲ ਵਾਪਸ ਆਉਂਦੀ ਹਾਂ। ਅੱਛਾ ਤੁਹਾਡੇ 'ਚ ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਨਾ ਤੂੰ ਮਤਲਬ ਆਪ ਗਵਰਨਮੈਂਟ ਟੀਚਰ ਹੋ, ਆਪ ਟੀਚਰ ਹੋ ਤਾਂ। ਹਾਂਜੀ ਮੈਂ ਟੀਚਿੰਗ ਕਰਦੀ ਹੂੰ ਅਲਹਮਦੁਲਿਲਾ, ਪਿਛਲੇ ਤਕਰੀਬਨ 6-7 ਸਾਲ ਸੇ ਮੈਂ ਟੀਚਿੰਗ ਕਰ ਰਹੀ ਹੂੰ ਔਰ ਬਹੁਤ ਮਤਲਬ ਹਮਾਰਾ ਅੱਛਾ ਅੱਛੀ ਔਰਗਨਾਈਜੇਸ਼ਨ ਹੈ, ਅਦਾਰਾ ਹੈ ਜਿਸਕੇ ਸਾਥ ਮੈਂ ਜੋ ਹੈ ਮੁਨਸਲਿਕ ਹੂੰ। ਹਮ ਲੋਕ ਲੋਕੋਂ ਕੀ ਫਲਾਹ ਬਹਬੂਦ ਕੇ ਲੀਏ ਕਾਮ ਕਰਤੇ ਹੈ, ਜੋ ਬੱਚੇ ਔਰਫਨ ਹੈ, ਜੋ ਗਰੀਬ ਲੋਕ ਹੈ ਉਨਕੀ ਉਨਕੇ ਲੀਏ ਹਮ ਲੋਕ ਕਾਮ ਕਰਤੇ ਹੈ, ਬੱਚੋਂ ਕੋ ਤਾਲੀਮ ਦੇਣੇ ਕੇ ਸਾਥ ਸਾਥ ਉਨਕੇ ਘਰ ਕੇ ਜੋ ਮਾਮਲਾਤ ਹੈ ਉਨਮੇ ਵੀ ਉਨਕੀ ਹੈਲਪ ਕਰਤੇ ਹੈ, ਤੋ ਯੇ ਮੇਰੇ ਲੀਏ ਬੜੀ ਪ੍ਰਾਊਡ ਕੀ ਬਾਤ ਹੈ। ਤੋ ਬਾਕੀ ਇਹ ਕਿ ਆਪ ਲੋਕੋਂ ਕੋ ਲਗਤਾ ਹੋਗਾ ਕਿ ਸ਼ਾਇਦ ਮੁਝੇ ਉਰਦੂ ਨਹੀਂ ਆਤੀ, ਮੁਝੇ ਉਰਦੂ ਆਤੀ ਹੈ ਲੇਕਿਨ ਮੈਂ ਕੋਸ਼ਿਸ਼ ਕਰਤੀ ਹੂੰ ਕਿ ਅਗਰ ਮੈਂ ਆਪਕੋ ਆਪਣੇ ਹੀ ਆਪਣਾ ਲਾਈਫ ਸਟਾਈਲ ਔਰ ਡੇਲੀ ਰੂਟੀਨ ਦਿਖਾ ਰਹੀ ਹੂੰ ਤੋ ਮੈਂ ਵਹੀ ਜ਼ੁਬਾਨ ਮੇਂ ਬਾਤ ਕਰੂੰ ਜੋ ਘਰ ਮੇਂ ਮੈਂ ਆਪਣੀ ਅੰਮੀ ਅੱਬੂ ਕੇ ਸਾਥ ਬਹਿਣ ਭਾਈਓ ਕੇ ਸਾਥ ਕਰਤੀ ਹੂੰ ਕਿ ਮੇਰੇ ਘਰ ਵਾਲੇ ਬਹੁਤ ਸੀਧੇ ਹੈ, ਅੰਮੀ ਲੋਕ ਪੜ੍ਹੇ ਨਹੀਂ ਹੈ ਤੋ ਪੰਜਾਬੀ ਮੇਂ ਹੀ ਬੋਲਤੇ ਹੈ, ਤੋ ਫਿਰ ਮੈਂ ਜੈਸੇ ਉਨਕੇ ਸਾਥ ਬਾਤ ਕਰਤੀ ਹੂੰ ਮੈਂ ਆਪਕੋ ਵਹੀ ਸਭ ਕੁਛ ਦਿਖਾਤੀ ਹੂੰ। ਬਾਕੀ ਜੈਸਾ ਕਹਿੰਦੇ ਨੇ ਸਿਆਣੇ ਦੇਸ ਵੈਸਾ ਭੇਸ, ਜਬ ਮੈਂ ਸਕੂਲ ਮੇਂ ਹੋਤੀ ਹੂੰ ਫੀਲਡ ਮੇਂ ਹੋਤੀ ਹੂੰ ਤੋ ਹਮ ਲੋਕ ਉਰਦੂ ਮੇਂ ਬਾਤ ਕਰਤੇ ਹੈ, ਜਬ ਮੈਂ ਘਰ ਹੋਤੀ ਹੂੰ ਤੋ ਪੰਜਾਬੀ ਬੋਲਤੇ ਹੈ। ਅਤੇ ਬਾਕੀ ਇਹ ਕਿ ਤੁਸੀਂ ਸੁਣਾਓ ਸਾਰੇ ਮੇਰਾ ਵਲੋਗ ਕਿੱਥੋਂ ਵੇਖਦੇ ਜੇ, ਅਤੇ ਜਿਹੜੇ ਜਿਹੜੇ ਸ਼ਹਿਰ ਤੋਂ ਮੇਰਾ ਵਲੋਗ ਵੇਖ ਰਿਹਾ ਜੇ ਨੀਚੇ ਕਮੈਂਟ ਕਰਕੇ ਆਪਣੇ ਨਾਮ ਦੇ ਨਾਲ ਦੱਸਿਆ ਕਰੋ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਤੁਹਾਡੇ ਕਮੈਂਟ ਪੜ੍ਹ ਕੇ ਬਹੁਤ ਅੱਛਾ ਲੱਗਦਾ ਹੈ। ਅਤੇ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਸਿਹਤ ਔਰ ਤੰਦਰੁਸਤੀ ਦੇ। ਅਤੇ ਅੱਬੂ ਜੀ ਵੀ ਆਉਣ ਹੀ ਵਾਲੇ ਨੇ ਦੂਧ ਵਗੈਰਾ ਲੈ ਕੇ ਨਾ, ਅਤੇ ਸ਼ਾਮ ਕਾਫੀ ਹੋ ਗਈ ਹੈ ਅਤੇ ਅੱਬੂ ਜੀ ਰੋਜ਼ ਗੁੱਸਾ ਹੁੰਦੇ ਨੇ ਕਿ ਜਲਦੀ ਖਾਣਾ ਬਣਾ ਲਿਆ ਕਰੋ, ਉਹਨਾਂ ਨੇ ਖਾਣਾ ਖਾ ਕੇ ਵਾਪਸ ਜਾਣਾ ਹੁੰਦਾ ਹੈ ਨਾ, ਐਸਾ ਲੜਾਕਾ ਹੈ ਨਾ ਉਨਾ ਹੀ ਅੱਛਾ ਹੈ ਮਾਸ਼ਾਅੱਲਾ, ਮਤਲਬ ਕਿਸੇ ਕੋਈ ਕੰਮ ਗਿਆ ਤਾਂ ਗੁੱਸਾ ਨਹੀਂ ਕਰਦਾ ਹੈ। ਅਤੇ ਇਹ ਚੈੱਕ ਕਰੋ ਜ਼ਰਾ, ਮੇਰੀ ਅੰਮੀ ਨੇ ਉਹਨੂੰ ਕਿਹਾ ਤੇ ਹੁਣ ਚੱਲਾ ਰੋਟੀਆਂ ਲਗਵਾਉਣ, ਇੰਨੇ ਅੱਛੇ ਭਾਈ ਲੱਭਦੇ ਨੇ ਕਿਤੇ, ਅੱਲਾ ਪਾ ਕੇ ਤੰਦਰੁਸਤੀ ਦੇ। ਅਤੇ ਇਹ ਸਾਰੀ ਫੌਜ ਅਸਲ ਇਹ ਸਾਰੇ ਕਿੱਧਰ ਆਏ ਨੇ ਹੈਂ? ਅੱਛਾ ਇਹ ਸਾਰੇ ਬੱਚੇ ਜਿਹੜੇ ਨਾ ਇਹ ਮੇਰੇ ਭਾਈ ਦੇ ਫੈਨ ਨੇ। ਹਾਂਜੀ ਚਲੋ ਜੀ, ਕਿੱਧਰ ਆਏ ਜੇ? ਇਹ ਇੰਨੇ ਸਾਰੇ ਮਿਲ ਕੇ ਕੀ ਕਰਵਾਉਣ ਆਏ ਨੇ? ਕਿਹੜੀਆਂ ਚੀਜ਼ਾਂ ਇਹਨਾਂ ਨੇ ਕਰਵਾਉਣੀਆਂ ਨੇ ਏਡੇ ਨਿੱਕੇ ਨਿੱਕੇ? ਹੁਣ ਮੇਰੀ ਗੱਲ ਸੁਣ, ਆ ਕੇ ਕਰਵਾ ਲਈ, ਸ਼ਾਮ ਹੋ ਜਾਣੀ, ਚੱਲ ਚੱਲ ਸ਼ਾਬਾ ਜਾ, ਰੋਟੀਆਂ ਦੇਰ ਹੋ ਜਾਣੀ, ਭਾਈ ਆ ਜਾਂਦਾ ਉਹਨੇ ਵਾਪਸ। ਚਲੋ ਸ਼ਾਬਾ ਤੂੰ ਜਾ, ਅਸਲ ਛੱਡ ਦੇ ਇਹਨਾਂ ਨੂੰ। ਲੋ ਜੀ ਅਸਲ ਚਲਾ ਜਾ, ਸ਼ਾਮ ਹੁੰਦੀ ਹੈ। ਅੱਛਾ ਅਸਲ ਅਸਲ ਮੇਰੇ ਭਾਈ ਦੀ ਇਹ ਸ਼ੋਪ ਮੋਬਾਈਲ ਵਾਲੀ, ਜਿਹਦੇ ਵਿੱਚ ਨਾ ਉਹ ਮਤਲਬ ਲੋਕਾਂ ਨੂੰ ਬੱਚੇ ਗੇਮਸ ਵਗੈਰਾ ਅਸੀਂ ਰੱਖੀਆਂ ਹੋਈਆਂ ਡਿਫਰੈਂਟ, ਅਤੇ ਇਹ ਸਾਰੇ ਬੱਚੇ ਜਿਹੜੇ ਨੇ ਨਾ ਇਹ ਆਏ ਨੇ ਗੇਮ ਖੇਲਣ ਵਾਸਤੇ, ਠੀਕ ਹੈ? ਇਹ ਚੈੱਕ ਕਰੋ ਜ਼ਰਾ ਕਿੰਨੀ ਆਵਾਮ ਹੈ। ਹਾਂਜੀ ਇੰਨੇ ਛੋਟੇ ਛੋਟੇ, ਆਰੋ ਆਰੋ ਸ਼ਾਬਾ, ਓਏ ਕੈਸੇ ਹੋ ਇਧਰ ਸੇ? ਅੱਛਾ ਠੀਕ ਹੋ, ਮਾਮਾ ਵੀ ਆਈ ਹੈ? ਆਈ ਹੈ ਕਹਾਂ ਹੈ? ਮੰਮਾ ਨਹੀਂ ਹੈ, ਦਾਦੋ ਨਾਨਾ ਲਈ ਮੈਂ। ਦਾਦੋ ਕੇ ਸਾਥ ਆਏ ਹੋ? ਔਰ ਨਾਨਾ ਲਈ ਮਾਂ, ਚਾਚੀ ਨੇ ਇਧਰ ਛੋੜ ਗਿਆ ਥਾ। ਅੱਛਾ ਉਹ ਭਾਈ ਨਹੀਂ ਆਇਆ? ਉਹ ਘਰ
छुट्टियाँ हो गई हैं। किस क्लास में हो? नर्सरी। नर्सरी क्लास में हो। मेरा नाम पता है? नहीं पता। खाला आसमा। क्या नाम मेरा? हाँ जी, मैं आपकी मम्मा की दोस्त हूँ। हैं? टीचर, इसका नाम बगलू है। बगलू? बगलू? बगलू किसने रखा है आपका नाम? है इसके पापा। और आपका नाम क्या है? अवैस। अवैस, देखो वो कितना अच्छा बच्चा है, उसको अपना नाम भी आता है। अच्छा सर, आप सब लोग कार्टून देखने आए हो? कार्टून के गेम के गेम खेलनी है? गेम खेलनी है। कौन सी गेम? स्कूल कौन कौन जाता है? मैं। सारे स्कूल जाते हैं? आप लोग नहीं जाते? मैं भी स्कूल जाती हूँ। हाँ मैं टीचर हूँ। मैं झूठ बोल रही हूँ? किसको पता है मैं टीचर हूँ? हाँ देखा, इसको पता है मैं टीचर हूँ। मुस्लिम है। हाँ जी, इसको मेरे स्कूल का नाम भी आता है। देखा, चीकू को भी पता है। अम्मी माचिस कहाँ दे देते? माचिस दे देते। बिजली नहीं तो देना है, टकना नहीं है। प्यारे बहन भाइयों, वीडियो नू पूरा देखा करो। तो वीडियो देखने तो बाद लाइक शेयर ते कमेंट लाजमी करया करो। अल्लाह पाक तुहानू खुश रखे। मिलांगे अगले ब्लॉग च। उन्नी देर तक अल्लाह हाफिज़।